ਇਹ ਕੁੱਲੀ ਮਸਤ ਮਲੰਗਾਂ ਦੀ, ਇਹ ਕੁੱਲੀ ਮਸਤ ਮਲੰਗਾਂ ਦੀ, ਇਹਨੂੰ ਅਰਸ਼ ਬਣਾ ਜਾ, ਅੱਜ ਦੀ ਰਾਤ ਆਵੀ ਜਾ। ਅਸਲਾਮ ਅਲੈਕੁਮ ਨਾਜ਼ਰੀਨ, ਮਿਸਟਰ ਪਤਲੂ ਇੱਕ ਮਸ਼ਹੂਰ ਟਿਕਟੋਕਰ ਹੈ। ਉਨ੍ਹਾਂ ਇਸਲਾਮ ਕੀ ਖਾਤਰ ਟਿਕਟੋਕ ਛੋੜਨੇ ਕਾ ਫੈਸਲਾ ਕਰ ਲਿਆ। ਕਹਤੇ ਹੈ ਕਿ ਯੇ ਹਮਾਰੀ ਅਸਲ ਜ਼ਿੰਦਗੀ ਨਹੀਂ ਹੈ, ਮੌਤ ਤੋਂ ਬਰਹਕ ਹੈ, ਹਮੇ ਇਸਲਾਮ ਕੇ ਲੀਏ ਨਿਕਲਨਾ ਚਾਹੀਏ। ਯੇ ਕਾਮ ਗਲਤ ਥਾ ਜੋ ਮੈਂ ਕਰ ਰਹਾ ਥਾ। ਆਜ ਸੇ ਟਿਕਟੋਕ ਪਰ ਲਾਈਵ ਔਰ ਵੀਡੀਓਜ਼ ਬਨਾਨਾ ਬੰਦ ਕਰ ਰਹਾ ਹੂੰ। ਮੁਝੇ ਇਸਸੇ ਕਭੀ ਸਕੂਨ ਨਹੀਂ ਮਿਲਾ। ਮਜ਼ੀਦ ਆਪ ਸੁਣੀਏ ਉਨ੍ਹਾਂ ਕਿਆ ਕਹਾ। ਅੱਲਾ ਇਜ਼ ਦ ਬੈਸਟ ਪਲੈਨਰ, ਠੀਕ ਹੈ। ਛੀਨਣੇ ਵਾਲੇ ਸੇ ਦੇਣੇ ਵਾਲਾ ਜ਼ਿਆਦਾ ਤਾਕਤਵਰ ਹੈ, ਠੀਕ ਹੈ। ਇਨਸ਼ਾਅੱਲਾ ਮੇਰੇ ਰੱਬ ਚਾਹਿਆ ਤੇ ਅਸੀਂ ਬਿਲਕੁਲ, ਮੈਂ ਬਜ਼ਾਤੇ ਖੁਦ ਆਪਣੀ ਗੱਲ ਕਰ ਰਿਹਾ, ਮੈਂ ਆਪਣੀ ਗੱਲ ਕਰ ਰਿਹਾ। ਮੇਰਾ ਜਿਹੜੇ ਯਾਰ ਨੇ, ਜਿਹਨਾਂ ਨੂੰ ਮੈਂ ਯਾਰ ਸਮਝਦਾ, ਅਸੀਂ ਟਿਕਟਾਕ ਦੇ ਉੱਤੇ ਨਾ ਗੈਸਟ ਵੀ ਓਨ ਨਹੀਂ ਕਰਾਂਗੇ, ਠੀਕ ਹੈ। ਅਸੀਂ ਗੈਸਟ ਵੀ ਓਨ ਕਰਨੀ ਹੋਏਗੀ ਨਾ, ਆਪੇ ਵੀ ਗੱਪ ਮਾਰਨੀ ਹੋਏਗੀ, ਕਿਤੇ ਹੋਰ ਮਾਰਾਂਗੇ। ਜਿਹੜੇ ਯਾਰ ਹੁੰਦੇ ਨੇ ਉਹ ਲੱਭ ਲੈਂਦੇ ਨੇ, ਠੀਕ ਹੈ। ਬਾਕੀ ਰਹੀ ਗੱਲ ਮੇਰੀ ਜਾਨ, ਟਿਕਟਾਕ ਦੇ ਉੱਤੇ ਕੋਈ ਬੰਦਾ ਇਹ ਨਾ ਸੋਚੀ ਜੇ ਪਤਲੂ ਅਕਾਊਂਟ ਹੈ, ਇਹ ਪਤਲੂ ਅਕਾਊਂਟ ਹੈ। ਮੈਂ ਬਿਲਕੁਲ ਟਿਕਟਾਕ ਪ੍ਰੋਪਰ ਤਰੀਕੇ ਸੇ ਛੋੜ ਰਿਹਾ।